ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇਹ ਕਨਫਰਮ ਕਰਾਂਗੇ ਕਰਨ ਅਤੇ ਦਲਜੀਤ ਨਾਲ ਜੋ ਕਲੈਬ ਆਉਣੀ ਹੈ ਉਹ ਆਵੇਗੀ ਅਤੇ ਕਦੋਂ ਆਵੇਗੀ, ਅਤੇ ਇਸ ਵਿੱਚ ਆਪਾਂ ਇਹ ਵੀ ਕਨਫਰਮ ਕਰਾਂਗੇ ਕਿ ਬਾਲੀਵੁੱਡ ਵਿੱਚ ਕਰਨ ਆਵੇਗਾ ਜਾਂ ਨਹੀਂ ਆਵੇਗਾ। ਇਸ ਬਾਰੇ ਜਾਣਕਾਰੀ ਪਤਾ ਕਰਨ ਲਈ ਤੁਸੀਂ ਸਾਰੀ ਵੀਡੀਓ ਤੱਕ ਐਂਡ ਤੱਕ ਬਣੇ ਰਹੋ। 3, 2, 1, GO! ਪਹਿਲਾਂ ਤੁਹਾਨੂੰ ਆਪਾਂ ਇਹ ਦੱਸਦੇ ਹਾਂ ਕਿ ਕਰਨ ਔਜਲਾ ਬਾਲੀਵੁੱਡ ਵਿੱਚ ਆਵੇਗਾ। ਇਸ ਬਾਰੇ ਜਦੋਂ ਕਰਨ ਔਜਲੇ ਨੂੰ ਉਸਦੀ ਲਾਈਵ ਸਟ੍ਰੀਮ ਵਿੱਚ ਪੁੱਛਿਆ ਗਿਆ ਕਿ ਕਰਨ ਔਜਲਾ ਬਾਲੀਵੁੱਡ ਵਿੱਚ ਆਵੇਗਾ, ਤਾਂ ਦੇਖੋ ਕਰਨ ਔਜਲੇ ਨੇ ਕੀ ਜਵਾਬ ਦਿੱਤਾ। ਮੈਂ ਅੱਗੇ ਕਲਿੱਪ ਐਡ ਕਰ ਦਿੱਤੀ ਹੈ। ਬਾਲੀਵੁੱਡ 'ਚ ਕਦੋਂ ਆਉਣਾ ਕੋਈ ਆਪਣਾ ਕੀ ਬਣਿਆ, ਮੂਰੇ ਮੂਰੇ ਦੀ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਹੀ ਆਉਣਾ ਤੁਹਾਨੂੰ ਦੇਖੀ ਆ। ਤਾਂ ਜਿਵੇਂ ਤੁਸੀਂ ਦੇਖਿਆ ਕਰਨ ਔਜਲੇ ਨੇ ਕਨਫਰਮ ਕਰ ਹੀ ਦਿੱਤਾ ਕਿ ਆਉਣ ਵਾਲੇ ਸਮੇਂ ਪੜਾਕੀ ਪੈਣੇ ਆ, ਇਸ ਦਾ ਮਤਲਬ ਵੀ ਕਰਨ ਔਜਲਾ ਬਾਲੀਵੁੱਡ ਵਿੱਚ ਆਵੇਗਾ। ਨੰਬਰ 2, ਕਰਨ ਔਜਲਾ ਅਤੇ ਦਲਜੀਤ ਦੋਸਾਂਝ ਦੀ ਕੋਲੈਬ। ਕਰਨ ਔਜਲੇ ਜੋ ਦਲਜੀਤ ਦੋਸਾਂਝ ਅਤੇ ਕਰਨ ਔਜਲੇ ਦੀ ਕੋਲੈਬ ਦੇ ਬਾਰੇ ਪੁੱਛਿਆ ਗਿਆ ਉਹਨਾਂ ਦੀ ਲਾਈਵ ਸਟ੍ਰੀਮ ਵਿੱਚ, ਤਾਂ ਦੇਖੋ ਕਰਨ ਔਜਲੇ ਨੇ ਕੀ। ਦਲਜੀਤ ਐਕਸ ਔਜਲਾ, ਹੂ ਨੋਜ਼ ਬਾਬਾ ਜੀ, ਕੁਛ ਵੀ ਹੋ ਸਕਦਾ। ਸਮਝ ਗਏ ਤੁਸੀਂ, ਮਤਲਬ ਵੀ ਕੋਲੈਬ ਆਊਗੀ, ਤਾਂ ਤਿਆਰੀ ਰਹੋ ਜੋਬਰੋ। ਆ ਕੁਝ ਫੋਟੋਆਂ ਨੇ ਜਿਨ੍ਹਾਂ ਤੋਂ ਪੱਕਾ ਹੀ ਹੋ ਜਾਂਦਾ ਕਿ ਕੋਲੈਬ ਆਊਗੀ, ਜੋ ਕਿ ਇਹਨਾਂ ਨੇ ਵੀਡੀਓ ਸ਼ੂਟ ਸਮੇਂ ਪੈਂਦੀਆਂ ਹੁੰਦੀਆਂ ਨੇ। ਇਹ ਕਲਿੱਪਾਂ ਦੇਖੋ, ਇਹ ਤੋਂ ਆਪਾਂ ਹੁਣ 100% ਸ਼ਿਓਰ ਹਾਂ ਕਿ ਕੋਲੈਬ ਆਵੇਗੀ। ਜੇਕਰ ਤੁਹਾਡੇ ਮਨ ਵਿੱਚ ਕੋਈ ਵਿਚਾਰ ਹੋਏ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਅਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਕਰ ਲਓ ਔਨ। ਵੀਡੀਓ ਦੇਖਣ ਲਈ ਧੰਨਵਾਦ।